ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਕਿ ਮੁਲਜ਼ਮ ਸਫੇਦ ਕਾਗਜ਼ ਨੂੰ ਨੋਟਾਂ ਦੇ ਆਕਾਰ 'ਚ ਕੱਟ ਕੇ ਥੱਦੀਆਂ ਬਣਾਉਂਦਾ ਸੀ। ਇਹਨਾਂ ਥੱਦੀਆਂ ਦੇ ਉੱਪਰ ਤੇ ਹੇਠਾਂ ਅਸਲੀ ਨੋਟ ਹੁੰਦੇ ਸਨ, ਪਰ ਵਿਚਾਲੇ ਸਿਰਫ ਕਾਗਜ਼ ਹੀ ਹੁੰਦੇ ਸੀ ਜੋ ਇਕੱਠੇ ਦੇਖਣ 'ਚ ਅਸਲੀ ਨੋਟ ਹੀ ਲੱਗਦੇ ਸੀ। ਫਿਰ ਇਹ ਵਿਅਕਤੀ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਉਹਨਾਂ ਤੋਂ ਪੈਸੇ ਠੱਗਦਾ ਤੇ ਜਿਨ੍ਹਾਂ ਦੇ ਬਦਲੇ ਨਕਲੀ ਨੋਟ ਉਹਨਾਂ ਨੂੰ ਦੇ ਦਿੰਦਾ। ਇਹ ਜਿਹੜਾ ਹੈਗਾ ਸੀਗਾ ਮੁੰਡਾ ਅਨਿਲ ਕੁਮਾਰ ਹੈ ਕੈਥਲ ਦਾ, ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਦੋ ਬੰਦੇ ਗੱਡੀ 'ਤੇ ਆ ਰਹੇ ਨੇ, ਇਹਨਾਂ ਕੋਲ ਮਤਲਬ ਕਾਗਜ਼ਾਂ ਦੀਆਂ ਗੱਥੀਆਂ ਬਣਾ ਕੇ ਉੱਪਰ ਅਤੇ ਹੇਠਾਂ ਇੱਕ ਇੱਕ ਅਸਲੀ ਨੋਟ ਲਾ ਕੇ ਉਹਨੂੰ ਅਸਲੀ ਨੋਟਾਂ ਦੀ ਦਿੱਖ ਗੱਥੀਆਂ ਦੀ ਦਿੱਖ ਬਣਾ ਕੇ ਭੋਲੇ ਭੋਲੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਨੋਟ ਦੁੱਗਣੇ ਕਰਨ ਦਾ ਬਹਾਨਾ। ਫੜੇ ਗਏ ਮੁਲਜ਼ਮ ਦੀ ਪਛਾਣ ਅਨਿਲ ਕੁਮਾਰ ਪੁੱਤਰ ਪ੍ਰੀਤ ਸਿੰਘ ਵਾਸੀ ਰਜੋਤ ਥਾਣਾ ਕੈਥਲ ਵਜੋਂ ਹੋਈ ਹੈ, ਜੋ ਕਰੀਬ 5 ਲੱਖ ਦੀ ਠੱਗੀ ਕਰਨ ਜਾ ਰਿਹਾ ਸੀ। ਜ਼ੀਰਕਪੁਰ ਤੋਂ ਮੇਜ਼ਰ ਅਲੀ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच। ਸਾਡਾ ਅੱਜ ਤੋਂ ਵੇ ਸਜਣਾ।